ਤੁਸੀਂ ਗੱਡੀ ਆਪ ਹੀ ਲੈ ਜਾਓ। ਮੈਨੂੰ ਨਰਕਾਂ ਦਾ ਰਸਤਾ ਵੀ ਪਤਾ ਤੇ ਗੱਡੀ ਵੀ ਮੈਂ ਆਪੇ ਲੈ ਜਾਊਂਗਾ। ਇੱਕ ਮਿੰਟ ਜਾਣ ਤੋਂ ਪਹਿਲਾਂ ਇਸ ਬੰਦੇ ਦੀ ਇੱਕ ਨੇਕ ਸਲਾਹ ਲੈਂਦੇ ਜਾਓ। ਨਾ ਹੁਣ ਤੂੰ ਬੋਲ। ਦੇਖੋ ਐ ਨਰਕਾਂ ਦੇ ਵਿੱਚ ਤੁਹਾਡੇ ਸਟਾਫ ਮੈਂਬਰ ਬਹੁਤ ਹੋਣਗੇ ਕਿਉਂਕਿ ਨਰਕਾਂ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ। ਉੱਥੇ ਭੀੜ ਇੰਨੀ ਜ਼ਿਆਦਾ ਹੁੰਦੀ ਹੈ ਪੁੱਛੋ ਨਾ, ਪਾਰਕਿੰਗ ਤਾਂ ਮਿਲਦੀ ਨਹੀਂ ਤੇ ਉੱਥੋਂ ਦੀ ਜਿਹੜੀ ਟ੍ਰੈਫਿਕ ਪੁਲਿਸ ਚਲਾਉਣ ਨਾਲ ਦੀ ਨਾਲ ਕੱਟ ਦਿੰਦੀ ਹੈ। ਮੈਂ ਤੈਨੂੰ ਕਿਦਾਂ ਪਤਾ? ਮੈਂ ਤੁਹਾਡੇ ਦਾਦਾ ਜੀ ਨੂੰ ਛੱਡ ਕੇ ਆਇਆ ਸੀ। ਇੱਕ ਮਿੰਟ ਰੁਕੋ, ਗੱਡੀ ਬੰਦ ਕਰੋ, ਬਾਹਰ ਉਤਰੋ, ਰੁਕ ਜਾਓ, ਨਹੀਂ ਜਾ ਸਕਦੇ। ਓਏ ਤੂੰ ਕੌਣ ਹੋਣਾ ਮੈਨੂੰ ਰੋਕਣ ਵਾਲਾ? ਚੱਲ ਮੈਂ ਤਾਂ ਕੋਈ ਨਹੀਂ ਹੁੰਦਾ, ਮਾਲਕ ਦਾ ਕੁਛ ਨਾ ਕੁਛ ਹੁੰਦੇ ਨੇ। ਤੇ ਮਾਲਕ ਕੌਣ ਹੈ? ਤੁਹਾਡਾ ਬੁੜਾ। ਮੇਰਾ ਮਤਲਬ ਤੁਹਾਡੇ ਡੈਡੀ ਜੀ, ਪਿਤਾ ਸ਼੍ਰੀ ਜੀ, ਉਹਨਾਂ ਦਾ ਹੁਕਮ ਹੈ ਕਿ ਤੁਸੀਂ ਇਹ ਗੱਡੀ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਉਹਨਾਂ ਨੇ ਬਹੁਤ ਜ਼ਰੂਰੀ ਕੰਮ ਜਾਣਾ ਕਿਤੇ ਕਚਹਿਰੀਆਂ ਦੇ ਵਿੱਚ, ਉਹਨਾਂ ਦੀ ਗੱਡੀ ਖਰਾਬ ਹੈ ਇਸ ਲਈ ਇਹ ਗੱਡੀ ਇੱਥੇ ਖੜ ਲਓ। ਵੈਸੇ ਵੀ ਆਹ ਗੱਡੀ ਉਹਨਾਂ ਦੀ ਹੋਈ ਹੈ। ਓਏ ਇਹੀ ਤਾਂ ਮੇਰਾ ਰੋਣਾ ਹੈ ਜ਼ਿੰਦਗੀ ਦਾ, ਮੇਰਾ ਹੈ ਕੀ, ਸਭ ਕੁਛ ਤਾਂ ਉਹਨਾਂ ਦਾ ਆ। ਚਲੋ ਇਹ ਤਾਂ ਤੁਹਾਡੇ ਆਪਣੇ ਫੈਮਿਲੀ ਦੀ ਪ੍ਰੋਬਲਮ ਹੈ, ਮੇਰੇ ਨਾਲ ਸਾਂਝੀ ਨਾ ਕਰੋ। ਵੈਸੇ ਇੱਕ ਗੱਲ ਹੈ, ਤੁਸੀਂ ਆ ਗੱਡੀ 'ਚ ਮਰਨ ਜਾ ਰਹੇ ਸੀ? ਹਾਂ ਸੋਚਿਆ ਤਾਂ ਕੁਛ ਇੱਦਾਂ ਦਿਆ ਸੀ। ਸੋਚਿਆ ਇੱਦਾਂ ਹੀ ਸੀ ਤੇ ਮਰਨ ਲਈ ਲੋਕੇਸ਼ਨ ਕਿਹੜੀ ਚੁਣੀ ਹੈ, ਲੋਕੇਸ਼ਨ ਕਿਹੜੀ ਸੋਚੀ ਹੈ? ਉਹ ਤਾਂ ਮੈਂ ਕਿਹਾ ਵੀ ਗੱਡੀ 'ਚ ਜਾਂਦੇ ਜਾਂਦੇ ਸੋਚ ਲਾਂਗੇ। ਗੱਡੀ 'ਚ ਜਾਂਦੇ ਜਾਂਦੇ ਸੋਚ ਲਾਂਗੇ, ਮਰਨ ਬਾਰੇ ਸੋਚ ਲਿਆ, ਲੋਕੇਸ਼ਨ ਨਹੀਂ ਸੋਚੀ। ਫਿਟੇ ਲਾਣਤ ਹੈ। ਕੀ? ਮੇਰੇ ਤੇ ਲਾਣਤ ਹੈ ਵੀ ਸਾਡੇ ਵਰਗੇ ਸਿਆਣੇ ਨੌਕਰਾਂ ਦੇ ਹੁੰਦੇ ਹੋਏ ਤੁਸੀਂ ਨੇ ਲੋਕੇਸ਼ਨ ਹੀ ਡਿਸਾਈਡ ਨਹੀਂ ਕੀਤੀ। ਓਕੇ ਨੋ ਪ੍ਰੋਬਲਮ, ਮੈਂ ਡਿਸਾਈਡ ਕਰਦਾ ਤੁਹਾਡੇ ਮਰਨ ਦੀ ਲੋਕੇਸ਼ਨ ਕੀ ਹੋਊਗੀ। ਤੇਰੇ ਕੋਲ ਲੋਕੇਸ਼ਨ ਹੈਗੀ ਆ? ਹਾਂ ਆ ਗਈ ਦਿਮਾਗ ਦੇ ਵਿੱਚ, ਮੇਰੇ ਕੋਲ ਇੱਕ ਐਸੀ ਲੋਕੇਸ਼ਨ ਹੈ ਮਰਨ ਦੇ ਲਈ ਵੀ ਮਰਨ ਦਾ ਸਵਾਦ ਆ ਜਾਣਾ, ਵੈਰੀ ਇੰਟਰਸਟਿੰਗ। ਓ ਯਾਰ ਤੂੰ ਤਾਂ ਬੜੇ ਕੰਮ ਦਾ ਬੰਦਾ ਨਿਕਲਿਆ, ਮੈਂ ਵੀ ਬਾਹਰ ਤੱਕ ਹੀ ਖਾਂਦਾ ਰਿਹਾ। ਤੁਹਾਨੂੰ ਪਤਾ ਨਹੀਂ ਸੀ ਅੱਜ ਤੱਕ? ਨਾ ਹੁਣ ਹੀ ਪਤਾ ਲੱਗਿਆ। ਤੇ ਹੋਰ? ਵੈਸੇ ਅਕਸਰ ਸਿਆਣੇ ਬੰਦਿਆਂ ਬਾਰੇ ਹੌਲੀ ਹੌਲੀ ਟਾਈਮ ਪੈ ਕੇ ਪਤਾ ਲੱਗਦਾ ਵੀ ਕਿੰਨੀ ਕੁ ਸਿਆਣਪ ਹੈ। ਵੈਸੇ ਗੱਲ ਹੈ, ਇਹ ਗੱਡੀ ਨੂੰ ਮਾਰੋ ਗੋਲੀ, ਇੱਥੇ ਖੜੀ ਰਹਿਣ ਦਿਓ, ਆਪਾਂ ਪੈਦਲ ਚੱਲਦੇ ਹਾਂ, ਲੋਕੇਸ਼ਨ ਤੱਕ ਤੁਹਾਨੂੰ ਮੈਂ ਲੈ ਕੇ ਜਾਂਦਾ, ਨਾਲੇ ਜਾਂਦੇ ਜਾਂਦੇ ਤੁਹਾਡੇ ਨਾਲ ਕੁਝ ਆਖਰੀ ਗੱਲਾਂ ਸਾਂਝੀਆਂ ਹੋ ਜਾਣਗੀਆਂ। ਆ ਜਾਓ ਮੇਰੇ। ਜਗ੍ਹਾ ਤਾਂ ਵਧੀਆ ਹੀ ਹੈ ਨਾ? ਆਹਾ ਓਏ ਆ ਜਾਓ ਹੁਣ ਯਾਰ। ਓਏ ਉੱਪਰ ਕਿੱਥੇ ਜਾਈ ਜਾਣਾ? ਓਹੋ ਉੱਪਰ ਹੀ ਤਾਂ ਜਾਣਾ ਤੁਸੀਂ, ਇਹੀ ਤਾਂ ਪ੍ਰੋਗਰਾਮ ਹੈ। ਓ ਹਾਂ ਯਾਰ, ਪਰ ਮੈਂ ਆ ਉੱਪਰ ਥੋੜੀ ਜਾਣਾ, ਮੈਂ ਤਾਂ ਉਹ ਉੱਪਰ ਜਾਣਾ ਹੈ। ਭਾਈ ਸਾਹਿਬ ਜੇ ਆ ਉੱਪਰ ਜਾਓਗੇ ਤਾਂ ਹੀ ਉਹ ਉੱਪਰ ਜਾਓਗੇ। ਚੱਲ ਫਿਰ ਚੱਲਦੇ ਆ, ਮੈਨੂੰ ਲਾ ਥੋੜੀ ਮਰਨ ਦੀ ਸਲਾਹ ਨਹੀਂ, ਮੈਨੂੰ ਫੋਲੋ ਕਰੋ, ਫੋਲੋ ਮੀ। ਚੱਲ ਵੈਰੀ ਗੁੱਡ ਵੈਰੀ ਗੁੱਡ, ਆ ਦੇਖ ਲਓ ਮਾਲਕੋ ਆ ਗਈ ਆਪਣੀ ਅਸਲੀ ਥਾਂ, ਮਾਰ ਦੋ ਛਾਲ। ਜਗ੍ਹਾ ਤਾਂ ਬਹੁਤ ਵਧੀਆ ਹੈ ਤੁਤ ਸਿੰਘ ਜੀ, ਪਰ ਇਸ ਗੱਲ ਦੀ ਕੀ ਗਰੰਟੀ ਹੈ ਕਿ ਇੱਥੋਂ ਬੰਦਾ ਡਿੱਗ ਕੇ ਮਰਦਾ ਹੀ ਮਰਦਾ? ਗਰੰਟੀ? ਓਏ ਹੋਏ ਹੋਏ ਮਹਾਰਾਜ, ਜਿਹੜੀ ਆਹ ਜਗ੍ਹਾ ਤੇ ਆਹ ਬਿਲਡਿੰਗ ਆ, ਮੈਂ ਕਿਹਾ ਕਮਾਲ ਕਮਾਲ, ਇੱਥੋਂ 250 ਬੰਦਾ ਛਾਲ ਮਾਰ ਕੇ ਮਰਿਆ, ਜਿਹਦੇ ਚੋਂ 6-7 ਕੇਸ ਮੈਂ ਆਪਣੇ ਹੱਥੀ ਵੀ ਰੱਖਤੇ ਸੀ ਐਡਵਾਂਸ ਪੇਮੈਂਟ ਲੈ ਕੇ। ਨਾਲੇ ਇੱਕ ਹੋਰ ਖਾਸੀਅਤ ਇਸ ਜਗ੍ਹਾ ਦੀ, ਉਹ ਕੀ? ਜਿਹੜਾ ਇੱਥੋਂ ਥੱਲੇ ਛਾਲ ਮਾਰਦਾ ਨਾ ਬੰਦਾ, ਬਈ ਉਹਦਾ ਰਸਤੇ 'ਚ ਹੀ ਖਤਮ ਹੋ ਜਾਂਦਾ, ਥੱਲੇ ਦਾ ਪਹੁੰਚਦਾ ਹੀ ਨਹੀਂ। ਮੈਂ ਨਾ ਰਸਤੇ ਵਿੱਚ ਨਹੀਂ ਮਰਨਾ ਚਾਹੁੰਦਾ, ਮੈਂ ਧੁਰ ਥੱਲੇ ਤੱਕ ਜਾਣਾ ਚਾਹੁੰਦਾ, ਪਤਾ ਕੀ ਅਸਲ ਵਿੱਚ ਮੈਂ ਆਪਣੀ ਮੌਤ ਨੂੰ ਇੰਜੋਏ ਕਰਨਾ ਚਾਹੁੰਦਾ, ਉਹਦਾ ਧੁਰ ਥੱਲੇ ਤੱਕ ਜਾਣਾ, ਪੂਰਾ ਪੂਰਾ ਨਜ਼ਾਰਾ ਲੈਣਾ ਚਾਹੁੰਦਾ ਮੈਂ। ਸ਼ਟ ਅਪ, ਸ਼ਟ ਅਪ, ਡੋਨਟ ਬਕਵਾਸ ਵਿਦ ਮੀ, ਤੁਸੀਂ ਮੇਰਾ ਟਾਈਮ ਖਰਾਬ ਕਰ ਰਹੇ ਹੋ। ਉਹ ਸ਼ਰਿਆਮ ਕਹੋ ਵੀ ਮਰਨਾ ਨਹੀਂ ਚਾਹੁੰਦੇ, ਜਿਹੜੇ ਬੰਦੇ ਨੇ ਮਰਨਾ ਹੋਵੇ ਕੀ ਥੱਲੇ ਤੇ ਕੀ ਰਸਤੇ 'ਚ, ਮਰਨਾ ਤਾਂ ਮਰਨਾ ਹੀ ਹੈ ਵੀ। ਓ ਯਾਰ ਤੁਸੀਂ ਸਿੰਘ ਜੀ, ਤੁਸੀਂ ਸਮਝੇ ਨਹੀਂ ਮੇਰੀ ਗੱਲ, ਮੈਂ ਕਹਿੰਦਾ ਆਹ ਆਈਡੀਆ ਨਾ ਮੈਨੂੰ ਤੁਹਾਡਾ ਕੁਛ ਪਸੰਦ ਜਿਹਾ ਨਹੀਂ ਆਇਆ, ਤੁਸੀਂ ਇੱਦਾਂ ਕਰੋ ਕੋਈ ਹੋਰ ਸਕੀਮ ਹੀ ਸੋਚੋ। ਮੈਂ ਕਿਹਾ ਮੈਂ ਜਾਣਾ ਯਾਰ, ਮੈਨੂੰ ਕੋਈ ਸਕੀਮ ਨਹੀਂ ਸੋਚਦੀ, ਕੋਈ ਹੋਰ ਸਕੀਮ ਸੋਚੋ, ਮੈਂ ਘਰ ਜਾ ਕੇ 100 ਕੰਮ ਕਰਨੇ ਹੁੰਦੇ ਯਾਰ। ਆਪਾਂ ਘਰ ਬੈਠ ਕੇ ਸਕੀਮ ਸੋਚਦੇ ਹਾਂ? ਕੋਈ ਨਹੀਂ, ਵਧੀਆ ਤਰੀਕਾ ਸੋਚੀ, ਮੈਂ ਕੋਈ ਨਵੀਂ ਸਕੀਮ ਤੁਹਾਨੂੰ ਦੱਸਦਾ। ਵਧੀਆ ਜੀ ਸਕੀਮ ਸੋਚ ਤੂੰ ਕਈ। ਵਿੱਕੀ ਪਤਾ ਨਹੀਂ ਕਿੱਥੇ ਗਿਆ ਹੋਣਾ, ਮਰਨ ਲਈ ਜਗ੍ਹਾ ਲੱਭਣ ਗਿਆ ਹੋਣਾ ਕਿਤੇ, ਪਤਾ ਨਹੀਂ ਵਿਚਾਰੇ ਨੇ ਖਾਣਾ ਵੀ ਖਾਧਾ ਹੋਣਾ ਕਿ ਨਹੀਂ ਖਾਧਾ ਹੋਣਾ। ਕਿਹਨੇ? ਵਿੱਕੀ ਨੇ। ਵਿੱਕੀ ਕੌਣ ਹੈ? ਹਾਏ ਓ ਰੱਬਾ ਮੇਰਿਆ, ਫੇਰ ਪੈ ਗਿਆ ਦੌਰਾ, ਓ ਵਿੱਕੀ ਆਪਣਾ ਪੁੱਤਰ। ਹਾਂ ਆਪਣਾ ਪੁੱਤਰ, ਲੈ ਓ ਭੁੱਖਾ ਨਹੀਂ ਮਰਨ ਵਾਲਾ, ਉਹ ਤਾਂ ਢਿੱਡ ਭਰ ਕੇ ਮਰੂਗਾ। ਇੱਕ ਤਾਂ ਉਹਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਉੱਪਰੋਂ ਇਦਾਂ ਦੀਆਂ ਗੱਲਾਂ ਕਰਦੇ ਨੇ। ਓ ਕਿੱਥੇ ਲੱਭਾਂ, ਅਖਬਾਰ 'ਚ ਕਢਾ ਦਿਆਂ ਜਾਂ ਰੇਡੀਓ ਟੀਵੀ ਤੇ ਅਨਾਊਂਸਮੈਂਟ ਕਰਵਾ ਦਿਆਂ ਕਿ ਸਾਡਾ ਇੱਕ ਲੋਤਾ ਪੁੱਤਰ ਵਿੱਕੀ ਮਲਕ ਘਰੋਂ ਖੁਦਕੁਸ਼ੀ ਕਰਨ ਲਈ ਚਲਾ ਗਿਆ। ਇੱਕ ਤਾਂ ਮੈਨੂੰ ਇਹੀ ਸਮਝ ਨਹੀਂ ਲੱਗਦੀ ਕਿ ਇਹ ਕੀ ਵਾਰ ਵਾਰ ਗਿਣਦੇ ਰਹਿੰਦੇ ਹੋ ਕਿ ਵਿੱਕੀ ਕਿੰਨੀ ਵਾਰੀ ਘਰੋਂ ਗਿਆ ਖੁਦਕੁਸ਼ੀ ਕਰਨ ਲਈ। ਉਸ ਕਰਕੇ ਕਿ ਉਹ ਹਰ ਵਾਰੀ ਤਾਂ ਘਰ ਮੁੜ ਕੇ ਆ ਜਾਂਦਾ, ਅੱਜ ਸਿਲਵਰ ਜੁਬਲੀ ਹੋ ਗਈ ਉਹਦੀਆਂ ਧਮਕੀਆਂ ਦੀ,
ਇਹ ਪਹਿਲੀ ਫਿਲਮ ਦੇਖ ਰਿਹਾ ਜਿਹੜੀ ਫਲੌਪ ਹੋ ਕੇ ਵੀ ਸਿਲਵਰ ਜੁਬਲੀ ਹੋਈ ਆ। ਸਿਲਵਰ ਜੁਬਲੀ ਤਾਂ ਹੋਣੀ ਹੋਈ ਹੈ, ਆਖਿਰ ਇਸ ਫਿਲਮ ਦਾ ਹੀਰੋ ਆਪਣਾ ਵਿੱਕੀ ਦਾ ਹੈ। ਨਾ ਜੀ ਨਾ, ਮੈਂ ਲਾ ਲਿਆ ਸਾ ਹਕਾਬ, ਫਿਲਮ ਦੇ ਹੀਰੋ 'ਚ ਬੜਾ ਦਮਖਮ ਹੈ ਨਹੀਂਗਾ, ਪਰ ਮੈਂ ਸਟੋਰੀ ਤੇ ਮਿਹਨਤ ਕਰ ਰਿਹਾ, ਕਲਾਈਮੈਕਸ ਕੁਛ ਨਾ ਕੁਛ ਨਿਕਲੂਗਾ। ਹੋਰ ਫਿਰ ਕੀ ਕੁਝ ਕਨਫਰਮ ਕੀਤਾ? ਕਾਦਾ ਤੇਰੇ ਖੁਦਕੁਸ਼ੀ ਦਾ ਪ੍ਰੋਗਰਾਮ। ਕੀ ਤੂੰ ਹਰ ਵੇਲੇ ਆਪਣੀ ਡੈਡੀ ਦੀ ਤਰ੍ਹਾਂ ਮੇਰੇ ਬੱਚੇ ਦੀ ਜਾਨ ਦੀ ਦੁਸ਼ਮਣ ਬਣੀ ਰਹਿੰਦੀ ਹੈ? ਮੈਨੂੰ ਤੇ ਉਹਦਾ ਕਮਰਾ ਚਾਹੀਦਾ ਹੈ, ਵੈਸੇ ਤਾਂ ਉਹ ਮਿਲਣਾ ਨਹੀਂ, ਜੇ ਖੁਦਕੁਸ਼ੀ ਕਰੇ ਤਾਂ ਹੀ ਮਿਲਣਾ ਹੈ। ਉਹਦੇ ਵਿੱਚ ਪਤਾ ਨਹੀਂ ਕਿਉਂ ਦੇਰੀ ਕਰੀ ਜਾ ਰਹੀ ਹੈ। ਇਹਨੇ ਨਹੀਂ ਕਰਨੀ ਖੁਦਕੁਸ਼ੀ, ਕਰਨੀ ਹੈ। ਤੂੰ ਕੁਝ ਕਰਨ ਜੋਗਾ ਹੀ ਨਹੀਂ, ਜੋ ਵੀ ਕਰੂੰਗਾ ਹੁਣ ਮੈਂ ਹੀ ਕਰੂੰਗਾ। ਮਤਲਬ ਇਹਨਾਂ ਦਾ ਪ੍ਰੋਗਰਾਮ ਕੈਂਸਲ, ਖੁਦਕੁਸ਼ੀ ਕਰਨਾ ਤੇ ਤੁਸੀਂ ਕਰੋਗੇ? ਜੇ ਖੁਦਕੁਸ਼ੀ ਕਰਨੀ ਹੈ ਤਾਂ ਮੈਂ ਤੁਹਾਨੂੰ ਦੱਸ। ਚੁੱਪ ਕਰ ਰਹਾ ਤੋਤੀ, ਮੈਂ ਖੁਦਕੁਸ਼ੀ ਨਹੀਂ ਕਰੂੰਗਾ, ਮੈਂ ਵਿਆਹ ਕਰੂੰਗਾ। ਵਿਆਹ? ਹਾਏ ਹਾਏ, ਮੈਂ ਮਰ ਗਈ। ਇਸ ਉਮਰ ਵਿੱਚ ਵਿਆਹ ਕਰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ? ਡੈਡੀ ਤੁਸੀਂ ਵਿਆਹ ਕਰੋਗੇ? ਹਾਂ ਕਰੂੰਗਾ। ਓ ਸ਼ਰਮ ਕਰੋ ਮਾਲਕੋ, ਸ਼ਰਮ ਕਰੋ। ਓ ਸ਼ਰਮ ਤੁਸੀਂ ਕਰੋ, ਮੈਂ ਕਿਉਂ ਕਰਾਂ? ਇੰਨਾ ਵਧੀਆ ਰਿਸ਼ਤਾ ਆਇਆ ਗੰਗਾ ਪ੍ਰਸ਼ਾਦ ਦਾ। ਮਤਲਬ ਤੁਸੀਂ ਹੁਣ ਗੰਗਾ ਪ੍ਰਸ਼ਾਦ ਨਾਲ ਵਿਆਹ ਕਰੋਗੇ? ਆਏ ਓਏ, ਸੱਚੀ ਦਿਮਾਗ ਹਿੱਲ ਗਿਆ ਤੁਹਾਡਾ। ਓਹੋ, ਵਿਆਹ ਮੈਂ ਨਹੀਂ ਕਰਾਉਂਗਾ, ਵਿਆਹ ਇਹ ਕਰਾਊਗਾ ਗੰਗਾ ਪ੍ਰਸ਼ਾਦ ਦੀ ਮਾਂ ਨਾਲ। ਨਹੀਂ ਨਹੀਂ ਨਹੀਂ, ਗੰਗਾ ਪ੍ਰਸ਼ਾਦ ਦੀ ਧੀ ਨਾਲ। ਕੀ ਨਾਂ ਉਹਦਾ? ਨੈਣਾ। ਨੈਣਾ ਕਜਰਾਰੇ 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 ਕਰੇ ਨੈਣਾ। ਬਸ ਕਰੋ, ਬਹੁਤ ਲਾਂਤੀ ਆਵਾਜ਼ ਹੈ, ਮਹੱਲੇ ਦੇ ਲੋਕ ਇਕੱਠੇ ਹੋ ਜਾਣਗੇ, ਲਾਂ ਤਾਂ ਮੈਨੂੰ ਪੈਣਗੇ ਵੀ ਤੋਤੀ ਸਿੰਘ ਆ ਤੇਰੇ ਘਰੇ ਕੀ ਹੋ ਰਿਹਾ। ਤੋਤੀ ਸਿੰਘ, ਹੁਣ ਤੂੰ ਮੈਨੂੰ ਰੋਕਣਾ ਨੀ, ਅੱਜ ਤਾਂ ਮੈਂ ਮਾਰੀ ਜਾਣਾ, ਮੇਰੇ ਪਿੱਛੇ ਨਾ ਹੀ। ਆਪਣਾ ਦਿਮਾਗ ਹਿੱਲਿਆ ਵੀ ਮੈਂ ਤੁਹਾਨੂੰ ਰੋਕੂੰਗਾ, ਇਹੋ ਜਿਹੇ ਸ਼ੁਭ ਕੰਮ 'ਚ ਨਹੀਂ ਕਿਸੇ ਨੂੰ ਰੋਕਣਾ ਚਾਹੀਦਾ। ਉਹ ਬੈਡ ਮਾਸਟਰ, ਉਹ ਬੈਡ ਮਾਸਟਰ, ਸਾਰਾ ਦਿਨ ਤੂਤੀਆਂ ਨਾਲ ਵਜਾਦਾ ਰਿਹਾ ਕਰ, ਜਾ ਹੁਣ ਜਾ ਕੇ ਕੁਝ ਸਮਝਾ। ਉਹ ਮਾਲਕੋ, ਉਹ ਮਾਲਕੋ, ਇਸ ਟੱਬਰ 'ਚ ਮੈਂ ਕਿਹਨੂੰ ਕਿਹਨੂੰ ਸਮਝਾਵਾਂ? ਤੁਸੀਂ ਅੱਜ ਤੱਕ ਕਿਤੇ ਸਮਝਿਓ? ਫਿਰ ਵੀ ਟਰਾਈ ਕਰਦਾ। ਕੀ ਸੋਚਿਆ ਫਿਰ ਜਨਾਬੇ ਖੁਦਕੁਸ਼ੀ ਨੇ? ਉਹ ਕਾਹਦਾ ਕੀ ਸੋਚਿਆ ਯਾਰ, ਉਹ ਤੂੰ ਮੈਨੂੰ ਖੁਦਕੁਸ਼ੀ ਕਰਨ ਦੇਣੀ ਹੈ ਕਿ ਨਹੀਂ? ਹੱਦ ਹੋ ਗਈ, ਉਲਟਾ ਚੋਰ ਕੋਤਵਾਲ ਨੂੰ ਡਾਂਟੇ। ਯਾਰ ਮੇਰੀ ਤਾਂ ਤਨੋ ਮਨੋ ਤੁਹਾਡੇ ਤੇ ਹੈਲਪ ਕਰਨ ਤੇ ਮਦਦ ਕਰਨ ਤੇ ਪੂਰਾ ਜ਼ੋਰ ਲੱਗਿਆ ਹੋਇਆ, ਮੇਰੀ ਤਾਕਤ ਲੱਗੀ ਹੋਈ ਹੈ। ਉਹ ਕਾਹਦੀ ਮਦਦ ਕਰਨੀ ਤੂੰ, ਸਵੇਰ ਦਾ ਇੱਕ ਤਰੀਕਾ ਨਹੀਂ ਤੂੰ ਲੱਭ ਸਕਿਆ ਖੁਦਕੁਸ਼ੀ ਦਾ? ਇਸੇ ਲਈ ਤਾਂ ਮੈਂ ਆਇਆ ਇੱਥੇ। ਮਤਲਬ ਤੇਰੇ ਕੋਲ ਕੋਈ ਤਰੀਕਾ? ਯੈਸ। ਓ ਯਾਰ ਜਲਦੀ ਜਲਦੀ ਦੱਸ ਨਾ ਫਿਰ, ਮੈਨੂੰ ਬੜੀ ਜ਼ੋਰ ਦੀ ਖੁਦਕੁਸ਼ੀ ਆਈ ਹੈ, ਨਹੀਂ ਤਾਂ ਮੈਂ ਇੱਥੇ ਕਰ ਦੇਣੀ। ਯਾਰ ਖਾਨਦਾਨੀ ਆਦਤਾਂ ਨਹੀਂ ਜਾਂਦੀਆਂ ਗੰਦ ਪਾਉਣ ਦੀਆਂ, ਜਿਹੜੀ ਚੀਜ਼ ਜਿੱਥੇ ਕਰਨ ਵਾਲੀ ਹੁੰਦੀ ਹੈ ਉੱਥੇ ਕਰਿਆ ਕਰੋ ਨਾ। ਮੇਰਾ ਮਤਲਬ ਵੀ ਖੁਦਕੁਸ਼ੀ ਕਰਨ ਲਈ ਕੋਈ ਵਧੀਆ ਜੀ ਐਸੀ ਪਲੇਸ ਸੋਚੋ ਜਿੱਥੇ ਮਰਨ ਦਾ ਸਵਾਦ ਆਵੇ। ਉਹ ਪਰ ਮਰਨ ਦਾ ਤਰੀਕਾ ਤੇ ਦੱਸ। ਤਰੀਕਾ 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 ਉਹ ਦੱਸ ਨਾ ਯਾਰ। ਸੋਚਦਾ ਸਾਡੇ ਵਰਗੇ ਬੰਦਿਆਂ ਨੂੰ ਦਿਮਾਗ ਤੋਂ ਕੰਮ ਲੈਣ ਦੋ, ਥੋੜਾ ਤਾਂ ਖਾਨਦਾਨੀ ਕੰਮ ਆ ਵੀ ਦਿਮਾਗ ਤੋਂ ਕੰਮ ਲੈਣਾ ਹੀ ਨਹੀਂ। ਇੱਕ ਤਰੀਕਾ ਹੈਗਾ, ਨੀਂਦ ਵਾਲੀਆਂ ਗੋਲੀਆਂ ਖਾਓ ਤੇ ਉੱਪਰ ਜਮਰਾਜ ਦੇ ਚਰਨਾਂ 'ਚ ਜਾਓ। ਓਏ ਯਾਰ, ਮੇਰੇ ਕੋਲ ਨੀਂਦ ਦੀਆਂ ਗੋਲੀਆਂ ਹੁੰਦੀਆਂ ਤਾਂ ਮੈਂ ਖਾਂਦਾ ਨਾ। ਅਸੀਂ ਕਾਹਦੇ ਲਈ ਆ? ਉਹ ਤੂੰ ਨੀਂਦ ਦੀ ਗੋਲੀ ਆ? ਓਏ ਨਹੀਂ ਯਾਰ, ਮੈਂ ਨੀਂਦ ਦੀ ਗੋਲੀ ਨਹੀਂ, ਮੈਂ ਤੁਹਾਡੇ ਬਾਪੂ ਦੀਆਂ ਡੈਡੀ ਸਾਹਿਬ ਦੀਆਂ ਨੀਂਦ ਦੀਆਂ ਗੋਲੀਆਂ ਬੜੀ ਮਿਹਨਤ ਨਾਲ ਚੁਰਾ ਕੇ ਲੈ ਕੇ ਆਇਆ। ਪਰ ਦੇਣਾ ਫਿਰ ਜੀ? ਨਾ ਨਾ ਨਾ, ਇਹ ਤਾਂ ਦਊਂਗਾ ਜੇ ਖਾਓਗੇ। ਉਹ ਖਾਣੀਆਂ ਆ ਇਧਰੋ, ਅੱਜ ਮੈਂ ਵੀ ਮਾਰ ਕੇ ਦੇਖਾਂ ਖੁਦਕੁਸ਼ੀ ਚੀਜ਼ ਕੀ ਹੁੰਦੀ ਹੈ। ਬੈਸਟ ਆਫ ਲੱਕ। ਥੈਂਕ ਯੂ, ਆਰਾਮ ਨਾਲ ਮਰਿਓ। ਮਾਫ ਕਰਨਾ ਜੀ, ਮੈਂ ਆਂ ਥੋੜਾ ਲੇਟ ਹੋ ਗਿਆ, ਤੁਹਾਡਾ ਮੁੰਡਾ ਤਾਂ ਮੇਰੇ ਆਉਣ ਤੋਂ ਪਹਿਲਾਂ ਹੀ ਆਈ ਬੋ ਹੋ ਗਿਆ। ਹਾਂ ਵੀ ਸਾਨੂੰ ਪਤਾ ਲੱਗਾ ਇਸ ਘਰ ਚ ਕਿਸੇ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ। ਹਾਂਜੀ, ਮੈਂ ਕਰਨ ਦੀ ਕੋਸ਼ਿਸ਼ ਕੀਤੀ ਜੀ। ਐਕਚੁਲੀ ਨਾ ਆਈ ਲਵ ਖੁਦਕੁਸ਼ੀ, ਮੈਨੂੰ ਖੁਦਕੁਸ਼ੀ ਕਰਨ ਵਿੱਚ ਨਾ ਬੜਾ ਹੀ ਮਜ਼ਾ ਆਉਂਦਾ, ਮੈਂ ਤਾਂ ਰੋਜ਼ ਰੋਜ਼ ਨਾ ਨਵੇਂ ਨਵੇਂ ਤਰੀਕੇ ਲੱਭਦਾ ਜੀ ਖੁਦਕੁਸ਼ੀ ਕਰਨ ਦੇ। ਕੋਈ ਗੱਲ ਨਹੀਂ ਬੇਟਾ,
ਅੱਜ ਤੈਨੂੰ ਇਹ ਵੀ ਨਵੇਂ ਨਵੇਂ ਤਰੀਕੇ ਦੱਸਦੇ ਆ ਕਿ ਕਿੱਦਾਂ ਬੰਦੇ ਦਾ ਪੁੱਤ ਬਣਾਈ ਦਾ ਉਹ ਕਰੇਗਾ ਖੁਦਕੁਸ਼ੀ ਕਰੇਗਾ ਖੁਦਕੁਸ਼ੀ ਕਰੇਗਾ ਖੁਦਕੁਸ਼ੀ ਕਰਦੇ ਆ ਛੱਡ ਦੇ ਮੈਨੂੰ ਯਾਰ ਤੁਸੀਂ ਮੈਨੂੰ ਮਰਨ ਕਿਉਂ ਮਾਰੀ ਜਾਂਦੇ ਯਾਰ